सिंह ਅਤੇ ਮਨਦੀਪ ਸਿੰਘ ਹੋਰਾਂ ਵੱਲੋਂ ਏਸ਼ੀਅਨ ਹਾਕੀ ਜਿਹੜੀ ਗੇਮ ਦੇ ਵਿੱਚ ਹੈਗੇ ਏਸ਼ੀਅਨ ਗੇਮਸ ਦੇ ਵਿੱਚ ਗੋਲਡ ਮੈਡਲ ਲੈ ਕੇ ਆਏ ਨੇ। ਜਿਸ ਤੋਂ ਬਾਅਦ ਅੱਜ ਜਲੰਧਰ ਆਪਣੇ ਘਰ ਪਰਤੇ ਨੇ, ਘਰ ਪਰਤਣ 'ਤੇ ਉਹਨਾਂ ਦਾ ਪੁਰਜ਼ੋਰ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਤੁਸੀਂ ਤਸਵੀਰ ਦੇਖੋ, ਸਵਾਗਤ ਦੀਆਂ ਜਿੱਥੇ ਯੂਰੋਪੀਅਨ ਮਨਪ੍ਰੀਤ ਸਿੰਘ ਉਹਨਾਂ ਦੇ ਨਾਂ 'ਤੇ ਜੋ ਸਕੂਲ ਬਣੇ ਆ ਉੱਥੇ ਬਹੁਤ ਪ੍ਰੋਪਰ ਜਿਹੜਾ ਹੈ ਸਵਾਗਤ ਕੀਤਾ ਜਾ ਰਿਹਾ ਹੈ। ਪਿੰਡ ਦੇ ਲੋਕ ਪੂਰੇ ਜਿਹੜੇ ਨੇ ਉਹ ਪਹੁੰਚੇ ਹੋਏ ਨੇ, ਜਿਨ੍ਹਾਂ ਵੱਲੋਂ ਮਨਦੀਪ ਦਾ ਜਿਹੜਾ ਹੈ ਸਵਾਗਤ ਕੀਤਾ ਜਾਣਾ ਹੈ, ਮਨਪ੍ਰੀਤ ਗੁਰਾ ਦਾ ਸਵਾਗਤ ਕੀਤਾ ਜਾਣਾ ਹੈਗਾ ਹੈ। ਤਾਂ ਬਿਲਕੁਲ ਇਹ ਤਸਵੀਰ ਤੁਹਾਨੂੰ ਉਹਨਾਂ ਦੇ ਘਰਦਿਆਂ ਦੀ ਦਿਖਾ ਰਹੇ ਹਾਂ, ਜਿੱਥੇ ਉਹਨਾਂ ਦਾ ਪੁਰਜ਼ੋਰ ਤਰੀਕੇ ਦੇ ਨਾਲ ਸਵਾਗਤ ਕੀਤਾ ਜਾਣਾ ਹੈ। ਛੋਟੇ ਛੋਟੇ ਬੱਚੇ ਦੇਖੋ, ਇਹਨਾਂ ਵੱਲੋਂ ਵੀ ਸਵਾਗਤ ਕੀਤਾ ਜਾਣਾ ਹੈ, ਕਿਉਂਕਿ ਇਹਨਾਂ ਨੂੰ ਮਨਪ੍ਰੀਤ ਅਤੇ ਮਨਦੀਪ ਦੋਵਾਂ ਨੇ ਜਿਹੜਾ ਹੈ ਉਹ ਹਾਕੀ ਖੇਡਣਾ ਸਿਖਾਇਆ ਹੈ। ਸ਼ੁਰੂਆਤ ਤੋਂ ਹੀ ਇਹਨਾਂ ਦੇ ਨਾਲ ਰਹੇ ਨੇ, ਤਾਂ ਹੁਣ ਇਹਨਾਂ ਦੇ ਵਿੱਚ ਵੀ ਕਾਫੀ ਖੁਸ਼ੀ ਜਿਹੜੀ ਹੈ ਉਹ ਹੈਗੀ ਹੈ, ਕਿਉਂਕਿ ਲਗਾਤਾਰ ਇਹ ਜਿਹੜੇ ਨੇ ਉਹ ਉਹਨਾਂ ਨੂੰ ਦੇਖਦੇ ਹੋਏ ਵੱਡੇ ਹੋ ਰਹੇ ਨੇ, ਪ੍ਰੇਰਣਾ ਦਾ ਸਰੋਤ ਬਣੇ ਨੇ। ਤਾਂ ਗੱਲਬਾਤ ਪੂਰੀ ਆਪਾਂ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਖਾਸੀ ਤਸਵੀਰ ਜਿਹੜੀ ਹੈ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਪੂਰੇ ਪਰਿਵਾਰ ਹੈਗਾ ਹੈ ਜਿਹੜਾ ਇਸ ਵਕਤ ਖੁਸ਼ੀ ਦੀ ਲਹਿਰ ਦੇ ਵਿੱਚ ਹੈਗਾ ਵਾ, ਜਿਨ੍ਹਾਂ ਵੱਲੋਂ ਮਨਪ੍ਰੀਤ ਸਿੰਘ ਹੋਰਾਂ ਦਾ ਸਵਾਗਤ ਕੀਤਾ ਜਾਣਾ ਹੈ। ਉਹਨਾਂ ਦੇ ਕੋਚ ਵੀ ਸਾਡੇ ਨਾਲ ਨੇ, ਗੱਲਬਾਤ ਅਸੀਂ ਕਰਾਂਗੇ। ਸਰ, ਕਿਹੋ ਜਿਹਾ ਮਹਿਸੂਸ ਹੋ ਰਿਹਾ ਇਸ ਵਕਤ? ਬਹੁਤ ਵਧੀਆ ਹੋ ਰਿਹਾ ਮਹਿਸੂਸ ਸਾਡੇ ਇੱਥੇ ਪਿੰਡ ਦੇ ਮਿੱਠੇਪੁਰ ਦੇ ਮਨਪ੍ਰੀਤ, ਮਨਦੀਪ ਸਿੰਘ, ਵਰੁਣ ਗੋਲਡ ਮੈਡਲ ਜਿੱਤ ਕੇ ਆਏ ਆ। ਰੱਬ ਇਹਨਾਂ ਦੀ ਲੰਮੀ ਉਮਰ ਕਰੇ, ਗੋਡ ਬਲੈਸ ਯੂ। ਲਗਾਤਾਰ ਜਿੱਤ ਦਿਲਾਈ ਹੈਗੀ ਹੈ, ਹੋਰ ਵੀ ਕਈ ਪਹਿਲਾਂ ਵੀ ਮਾਣ ਦਿਲਾਉਂਦੇ ਰਹੇ ਨੇ ਮਿੱਠਾਪੁਰ ਨੂੰ, ਜਲੰਧਰ ਨੂੰ, ਅਤੇ ਹੁਣ ਵੀ ਜਿਹੜਾ ਮਾਣ ਦਿਲਾਇਆ ਹੈ। ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਇਸ ਵਕਤ? ਬਹੁਤ ਵਧੀਆ ਮਾਹੌਲ ਹੈ ਜੀ ਇਸ ਵੇਲੇ ਪਿੰਡ ਦਾ ਜੀ, ਹਰ ਇੱਕ ਦੇ ਚਿਹਰੇ 'ਤੇ ਰੌਣਕ ਆਈ ਹੋਈ ਆ। ਰੱਬ ਇਹਨਾਂ ਦੀ ਲੰਮੀ ਉਮਰ ਕਰੇ, ਗੋਡ ਬਲੈਸ ਯੂ। ਇਹ ਤੁਸੀਂ ਤਸਵੀਰ ਦੇਖੋ, ਖੁਸ਼ੀ ਦੀ ਤਸਵੀਰ ਹੈ, ਤਾਂ ਜਿੱਥੇ ਪ੍ਰੋਪਰ ਜਿਹੜੀ ਹੈ ਉਹ ਸਵਾਗਤ ਕੀਤਾ ਜਾ ਰਿਹਾ ਹੈ। ਮਨਪ੍ਰੀਤ ਹੋਰਾਂ ਦੀ ਗੱਡੀ ਜਿਹੜੀ ਹੈ ਉਹ ਆ ਗਈ ਹੈ, ਮਨਪ੍ਰੀਤ ਅਤੇ ਮਨਦੀਪ ਦੀ ਗੱਡੀ ਵੀ ਆ ਗਈ ਹੈ, ਜਿਨ੍ਹਾਂ ਦਾ ਸਵਾਗਤ ਜਿਹੜਾ ਹੈ ਉਹ ਕੀਤਾ ਜਾਵੇਗਾ ਪ੍ਰੋਪਰ ਤਰੀਕੇ ਦੇ ਨਾਲ। ਕਿਉਂਕਿ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਦੋਂ ਫਲਾਈਟ ਤੋਂ ਉਤਰੇ ਤਾਂ ਉਦੋਂ ਸਵਾਗਤ ਉਹਨਾਂ ਦਾ ਕੀਤਾ ਗਿਆ, ਅਤੇ ਹੁਣ ਮਿੱਠਾਪੁਰ ਜਦੋਂ ਪਹੁੰਚ ਰਹੇ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ, ਤੇ ਉਹਨਾਂ ਦਾ ਉੱਥੇ ਵੀ ਸਵਾਗਤ ਜਿਹੜਾ ਹੈ ਪ੍ਰੋਪਰ ਕੀਤਾ ਜਾ ਰਿਹਾ ਹੈ। ਤਾਂ ਗੱਲਬਾਤ ਵੀ ਅਸੀਂ ਉਹਨਾਂ ਦੇ ਨਾਲ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਖਾਸ ਤਸਵੀਰ ਜ਼ਰੂਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿੱਥੇ ਮਨਪ੍ਰੀਤ ਅਤੇ ਮਨਦੀਪ ਸਿੰਘ ਦੋਵੇਂ ਜਿਹੜੇ ਨੇ ਉਹ ਮਿੱਠਾਪੁਰ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਇਹ ਤੁਸੀਂ ਤਸਵੀਰ ਛੋਟੀ ਜ਼ਰੂਰ ਦੇਖੋ, ਇਹ ਬੱਚੇ ਨੇ ਜਿਨ੍ਹਾਂ ਵੱਲੋਂ ਸਵਾਗਤ ਜਿਹੜਾ ਹੈ ਉਹ ਮਨਦੀਪ ਦਾ ਅਤੇ ਮਨਪ੍ਰੀਤ ਹੋਰਾਂ ਦਾ ਕੀਤਾ ਜਾਵੇਗਾ, ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਲਈ ਜਿਹੜਾ ਹੈ ਪ੍ਰੇਰਣਾ ਦਾ ਸਰੋਤ ਨੇ ਮਨਪ੍ਰੀਤ ਅਤੇ ਮਨਦੀਪ। ਤਾਂ ਬਿਲਕੁਲ ਇਹ ਤੁਸੀਂ ਤਸਵੀਰ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਮੈਂ, ਇੱਧਰੋਂ ਤਸਵੀਰ ਜ਼ਰੂਰ ਦਿਖਾਵੇ ਜਿੱਥੇ ਉਹਨਾਂ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇਹ ਤਸਵੀਰ, ਖਾਸੀ ਤਸਵੀਰ ਤੁਹਾਨੂੰ ਜਿਹੜੀ ਆ ਅਸੀਂ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿੱਥੇ ਮਨਪ੍ਰੀਤ ਅਤੇ ਮਨਦੀਪ ਸਿੰਘ ਹੋਰਾਂ ਦਾ ਤਸਵੀਰ ਹਾਰ ਦੇ ਨਾਲ ਜਿਹੜਾ ਹੈ ਉਹ ਸਵਾਗਤ ਕੀਤਾ ਜਾ ਰਿਹਾ ਹੈਗਾ ਹੈ। ਤਾਂ ਇਹ ਪੁਸ਼ਪ ਵਰਸ਼ ਵਧੀਆ ਸਵਾਗਤ ਹੋ ਰਿਹਾ ਜੀ, ਪੂਰੇ ਦੇਸ਼ ਨੇ ਬਹੁਤ ਵਧੀਆ ਪਿਆਰ ਨਾਲ ਸਵਾਗਤ ਕੀਤਾ ਆ, ਤੇ ਮੈਡਲ ਜਿੱਤ ਕੇ ਤੇ ਦੇਸ਼ ਨੂੰ ਪ੍ਰਾਊਡ ਹੋ ਰਿਹਾ, ਤੇ ਸਾਰੇ ਲੋਕਾਂ ਲਈ ਵੀ ਬਹੁਤ ਮਜ਼ਾ ਆ ਰਿਹਾ ਹੁਣ। ਬਹੁਤ ਵਧੀਆ ਲੱਗ ਰਿਹਾ ਜੀ, ਅਸੀਂ ਜਿੱਦਾਂ ਹੁਣ ਮੈਡਲ ਜਿੱਤ ਕੇ ਵਾਪਸ ਆਏ, ਪੂਰੇ ਦੇਸ਼ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਚੀਜ਼ ਦੇ ਉੱਤੇ ਕਿ ਅਸੀਂ ਮੈਡਲ ਜਿੱਤੇ ਆਏ ਹਾਂ, ਠੀਕ ਹੈ। ਅਤੇ ਪਿੰਡ ਨੇ ਵਾਲਿਆਂ ਨੇ ਇੰਨਾ ਵਧੀਆ ਸਵਾਗਤ ਕਰ ਰਿਹਾ, ਅਤੇ ਬਹੁਤ ਵਧੀਆ ਲੱਗ ਰਿਹਾ ਵਾਪਸ ਆ ਕੇ। ਸਾਰੇ ਪਿੰਡ ਵਾਲਿਆਂ ਦਾ ਸਾਰਿਆਂ ਦਾ ਥੈਂਕ ਯੂ ਕਹਿਣਾ ਚਾਹਾਂਗੇ, ਅਸੀਂ ਪੂਰੇ ਦੇਸ਼ ਦਾ ਥੈਂਕ ਯੂ ਕਹਿਣਾ ਚਾਹਾਂਗੇ ਅਸੀਂ। ਉਹਨਾਂ ਨੇ ਵੀ ਜਿਹੜੇ ਵੀ ਐਥਲੀਟ ਆਏ ਸੀਗੇ ਮੈਡਲੀ ਸਾਹਿਬ, ਉਹਨਾਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਨੇ ਇਹੀ ਕਿਹਾ ਕਿ ਆਪਾਂ ਬਹੁਤ ਵਧੀਆ ਕਰ ਰਹੇ ਦੇਸ਼, ਕਿਉਂਕਿ ਇਸ ਵਾਰ ਪਹਿਲੀ ਵਾਰ ਅਸੀਂ 107 ਮੈਡਲ ਜਿੱਤੇ ਪੂਰੇ ਆਪਣੀ ਇੰਡੀਆ ਨੇ, ਅਤੇ ਬਹੁਤ ਵਧੀਆ ਲੱਗਾ। ਉਦੋਂ ਉਹਨਾਂ ਨੇ ਸਾਰਿਆਂ ਨੂੰ ਮੋਟੀਵੇਟ ਕੀਤਾ, ਉਹਨਾਂ ਨੇ ਇਹੀ ਕਿਹਾ ਕਿ ਇੱਦਾਂ ਹੀ ਅੱਗੇ ਆਪਣੀ ਮਿਹਨਤ ਕਰਦੇ ਰਹੋ, ਪੈਰਿਸ ਓਲੰਪਿਕ ਵਿੱਚ ਆਪਾਂ ਹੋਰ ਜ਼ਿਆਦਾ ਮੈਡਲ ਲੈ ਕੇ ਆਵਾਂਗੇ। ਮਨਪ੍ਰੀਤ ਅਤੇ ਮਨਦੀਪ ਸਿੰਘ ਹੋਰਾਂ ਦਾ ਸਵਾਗਤ ਜ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਹੈ, ਪ੍ਰੋਪਰ ਜਿਹੜਾ ਹੈ ਉਹ ਅਸੀਂ ਗੱਲਬਾਤ ਵੀ ਜ਼ਰੂਰ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਲਗਾਤਾਰ ਉਹਨਾਂ ਵੱਲ ਪਿੰਡ ਦੇ ਵਿੱਚ ਜਿਹੜਾ ਖੁਸ਼ੀ ਦਾ ਮਾਹੌਲ ਹੈਗਾ ਹੈ।
गया जी, तो चंगा लग रहा है। आप आए हैं, स्वागत कर रहे हैं, तुम आए हैं आने का। थैंक यू। तो ये स्वागत तुम देखो पिंड वासियों वालों लगातार फुल दे नाल जिहड़ा है माला दे नाल स्वागत किया जा रहा है। तो तिना दे हाथ दे विच गोल्ड मैडल भी तुसी देख रहे होंगे। इस वक्त मिठापुर दे लई बड़ा ही खुशी वाला दिन है। पूरा मिठापुर जिहड़ा है जिवें ब्याह दा दिन हुंदा है उंज जिहड़ा है प्रोपर तरीके दे नाल सजिया होया है। तो लगातार तस्वीर तुहानूं असीं जलंधर दे मिठापुर दी दुकान दी कोशिश कर रहे हां। गलबात भी असीं जरूर असीं करन दी कोशिश करांगे क्योंकि काफी खुशी जिहड़ी है। तो एक बार दोबारा तुहानूं दूसरी तस्वीर भी दिखाऊंगा जिथे पूरे पिंड वासी जिहड़े ने ओह मनप्रीत अते मनदीप सिंह होरां दा स्वागत करदे होए नज़र आ रहे ने। असीं गलबात भी जिहड़ी है ओह जरूर करांगे, पर उस तों पहलां इह तस्वीर इस बार क्योंकि साडा पहले ही क्योंकि लास्ट टाइम असीं जदों गए उदों असीं ब्रॉन्ज मैडल जितया सीगा, ते इस बार इही सीगा कि असीं गोल्ड मैडल जितना आ ते असीं कदी गोल्ड मैडल जितना वह पूरी टीम ने यही एक एम लैके से उही अभी पूरा किया। बहुत खुशी हो रही है। ओलंपिक वास्ते भी जड़ा कि टिकट मिल गई है। बिल्कुल जी, हम एक भी नाल टिकट मिल गई। हाँ बिल्कुल, हाँ यही है कि हम ओलंपिक लिए अपने तैयार करिए क्योंकि हम थोड़ा टाइम रह गया है। उस तो बाद पहले प्रो लीग है, वो मैचेस के उ पूरा फोकस करा। थैंक यू जी। लास्ट एक्सपीरियंस थोड़ा जो गोल्ड लास्ट रह गया सीगा उदो एक्सपीरियंस की सीगा भाई? यार मैं हुण साडे कहता भाई जी सॉरी जी, लास्ट एक्सपीरियंस थोड़ा जो रहा जो गोल्ड लास्ट वाला रह गया सीगा उदो की मूवमेंट सीगा? लास्ट टाइम असीं 2018 ਦੇ ਵਿੱਚ ਬ੍ਰੌਂਜ਼ ਜਿੱਤਿਆ ਸੀਗਾ, ਬਟ ਇਸ ਵਾਰ ਜਿਹੜਾ ਗੋਲਡ ਜਿਹੜਾ ਬਹੁਤ ਵਧੀਆ ਲੱਗ ਰਿਹਾ ਆ ਤੇ ਟੀਮ ਦਾ ਇੱਕੋ ਹੀ ਸੈਟਿੰਗ ਕਿਉਂਕਿ ਹੁਣ ਇੱਥੋਂ ਕੁਆਲੀਫਾਈ ਵੀ ਹੋ ਚੁੱਕੇ ਤੇ ਗੋਲਡ ਮੈਡਲ ਵੀ ਆਇਆ ਟੀਮ ਦਾ ਤੇ ਵਧੀਆ ਲੱਗ ਰਿਹਾ ਆ ਤੇ ਹੁਣ ਇਹੀ ਹੈ ਕਿ ਅੱਗੇ ਆਉਣ ਵਾਲੇ ਓਲੰਪਿਕ ਦੇ ਵਿੱਚ ਆਪਾਂ ਵਧੀਆ ਪਰਫਾਰਮ ਕਰੀਏ। ਥੈਂਕ ਯੂ। ਪਿੰਡ ਦੇ ਵਿੱਚ ਇਸ ਵਕਤ ਵਿਆਹ ਦਾ ਮਾਹੌਲ ਹੈ, ਤੁਸੀਂ ਜਦੋਂ ਆਏ ਹੋ ਕਿਹੋ ਜਿਹਾ ਤੁਹਾਨੂੰ? ਬਿਲਕੁਲ ਜੀ, ਬਹੁਤ ਵਧੀਆ ਲੱਗ ਰਿਹਾ, ਇੰਨਾ ਵਧੀਆ ਸਵਾਗਤ ਹੋ ਰਿਹਾ, ਸਾਰੇ ਪਿਆਰ ਇੰਨਾ ਦੇ ਰਹੇ ਆ, ਬਹੁਤ ਵਧੀਆ ਲੱਗ ਰਿਹਾ। ਇਹੀ ਹੈ ਕਿ ਹੁਣ ਆਉਣ ਵਾਲੇ ਜਿੰਨੇ ਵੀ ਪਿੰਡ ਦੇ ਪਲੇਅਰ ਆ ਉਹਨਾਂ ਨੂੰ ਮੋਟੀਵੇਸ਼ਨ ਮਿਲੂਗਾ ਇੱਥੋਂ ਕਿ ਅਸੀਂ ਵੀ ਅੱਗੇ ਆ ਕੇ ਇੱਦਾਂ ਖੇਡੀਏ, ਮੈਡਲ ਜਿੱਤੀਏ, ਦੇਸ਼ ਦਾ ਸਾਡਾ ਵੀ ਪਿੰਡ ਇੱਦਾਂ ਸਵਾਗਤ ਕਰੇਗਾ। ਕਿੰਨੇ ਕਿ ਬੱਚੇ ਤੁਹਾਡਾ ਸਵਾਗਤ? ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ ਲੱਗ ਰਿਹਾ ਤੇ ਉਹਨਾਂ ਲਈ ਵੀ ਇੱਕ ਬਹੁਤ ਵਧੀਆ ਗੱਲ ਹੈ। ਭਾਜੀ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਹੁਣ ਜਿੰਨਾ ਪਿਆਰ ਤੁਹਾਡੇ ਸਾਹਮਣੇ ਮਿਲ ਰਿਹਾ ਆ ਤੇ ਪੂਰੇ ਦੇਸ਼ ਨੇ ਜਦੋਂ ਅਸੀਂ ਆਏ ਸੀ ਉਹ ਤਾਂ ਦਿੱਲੀ ਵੀ ਵਧੀਆ ਵੈਲਕਮ ਹੋਇਆ, ਹੁਣ ਪਿੰਡ ਵਾਲੇ ਕਰ ਰਹੇ, ਬਹੁਤ ਵਧੀਆ ਲੱਗ ਰਿਹਾ ਜੀ। ਇਹੀ ਇੱਕ ਭਾਈ ਜੀ ਕਿਹੋ ਜਿਹਾ ਲੱਗ ਰਿਹਾ ਪਹਿਲਾ ਪਹਿਲਾ ਜਿਹੜਾ ਹੈਗਾ ਹੁਣ ਗੋਲਡ ਮੈਡਲ ਉਸ ਤੋਂ ਪਹਿਲਾਂ ਛੋੜ ਮਿਲਿਆ ਸੀ, ਐਕਸਪੀਰੀਅੰਸ ਕਿਹੋ ਜਿਹਾ ਰਿਹਾ ਪਹਿਲਾਂ ਤੇ ਹੁਣ? ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਹਾਂਜੀ ਬਹੁਤ ਵਧੀਆ ਲੱਗ ਰਿਹਾ ਭਾਜੀ, ਤੇ ਆਪਾਂ ਜਿੱਦਾਂ ਪਿਛਲੀ ਦੀ ਆਪਣਾ ਬ੍ਰੌਂਜ਼ ਮੈਡਲ ਆਇਆ ਪਰ ਐਰ ਕੇ ਆਪਣਾ ਗੋਲਡ ਆਇਆ ਆ ਤੇ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ। ਹਾਂਜੀ ਬਹੁਤ ਕਾਫੀ ਵਧੀਆ ਲੱਗ ਰਿਹਾ। ਲੋਕ ਅੱਜ ਸਵਾਗਤ ਕਰ ਰਹੇ ਨੇ ਜਿਵੇਂ ਪਿੰਡ ਦੇ ਵਿੱਚ ਵਿਆਹ ਬੜਾ ਮਾਹੌਲ ਹੋ ਗਿਆ, ਬਹੁਤ ਵਧੀਆ ਲੱਗ ਰਿਹਾ ਇਹਨਾਂ ਸਾਰਿਆਂ ਦਾ। ਥੈਂਕ ਯੂ ਇਹਨਾਂ ਸਾਰਿਆਂ ਦਾ। ਥੈਂਕ ਯੂ ਤੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ। ਹਾਂਜੀ ਤੇ ਜਿੱਦਾਂ ਆਏ ਆ ਸਾਰਿਆਂ ਨੇ ਖੜੇ ਹੋਏ ਆ ਤੇ ਚੰਗਾ ਲੱਗ ਰਿਹਾ। ਪਿੰਡ ਦੇ ਬੱਚੇ ਵੀ ਤੁਹਾਡਾ ਸਵਾਗਤ ਕਰ ਰਹੇ ਨੇ ਹਾਕੀ ਲੈ ਉਹਨਾਂ ਦੇ ਵਾਸਤੇ ਇਨਸਪੀਰੇਸ਼ਨ ਆ ਜੀ ਤੇ ਚੰਗਾ ਉਹ ਵੀ ਕਰਨਗੇ ਆਪਣੀ ਜ਼ਿੰਦਗੀ ਤੇ ਉਹਨਾਂ ਦਾ ਵੀ ਸਾਰਾ ਇਦਾਂ ਹੀ ਸਵਾਗਤ ਕਰਨਗੇ ਸਾਰੇ ਪਿੰਡ ਵਾਲੇ ਤੇ ਵਧੀਆ ਗੱਲ ਹੈ ਜੀ। ਮਰਨ ਕੀ ਕਹਿਣਾ ਚਾਹੁੰਦੇ? ਬਿਲਕੁਲ ਤਾਂ ਇੱਕ ਵਾਰੀ ਤੁਸੀਂ ਇਹ ਪਿੰਡ ਦੇ ਵਿੱਚ ਦੀ ਤਸਵੀਰ ਜ਼ਰੂਰ ਦੇਖੋ ਜਿੱਥੇ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿੰਡ ਵਾਸੀ ਕਾਫੀ ਖੁਸ਼ ਨੇ, ਮਾਵਾਂ ਭੈਣਾਂ ਖੁਸ਼ ਨੇ, ਉਹ ਬੱਚੇ ਵੀ ਖੁਸ਼ ਨੇ ਜਿਨ੍ਹਾਂ ਵੱਲੋਂ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜਾ ਹੈ ਉਹ ਹਾਕੀ ਖੇਡਿਆ ਜਾਵੇਗਾ। ਬੱਚੇ ਵੀ ਕਾਫੀ ਪਹੁੰਚੇ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਤੁਸੀਂ ਹਾਕੀ ਲੈ ਕੇ ਪਹੁੰਚੇ ਹੋਏ ਹੋ, ਬਾਈ ਦੇ ਸਵਾਗਤ ਦੇ ਵਿੱਚ ਕਿਹੋ ਜਿਹਾ ਲੱਗ ਰਿਹਾ ਜਿੱਤ ਕੇ ਆਏ? ਅੱਛਾ ਤੁਸੀਂ ਬਾਈ ਨੂੰ ਦੇਖ ਕੇ ਸ਼ੁਰੂ ਕੀਤਾ, ਮਨਦੀਪੁਰਾਂ ਨੂੰ ਦੇਖ ਕੇ ਸ਼ੁਰੂ ਕੀਤਾ, ਕਿਹਨਾਂ ਨੂੰ ਦੇਖ ਕੇ ਸ਼ੁਰੂ ਕੀਤਾ ਸੀ ਹਾਕੀ ਖੇਡਣਾ? ਮਨਪ੍ਰੀਤ ਭਾਈ ਨੂੰ ਦੇਖ ਕੇ ਸ਼ੁਰੂ ਕੀਤਾ ਜੀ? ਮਨਪ੍ਰੀਤ ਭਾਈ ਨੂੰ ਦੇਖ ਕੇ ਸ਼ੁਰੂ ਕੀਤਾ ਸੀ ਕਿ ਅਸੀਂ ਵੀਡੀਓ ਬਣਾਉਣ ਵਾਂਗ ਬਣੀ। ਅੱਛਾ ਤੁਸੀਂ ਇੱਥੇ ਮਿੱਠਾਪੁਰ ਤੋਂ ਹੀ ਹੈਗੇ ਹੋ ਜਾਂ ਫਿਰ ਹੋਰ ਕਿੱਥੋਂ ਆਏ? ਮਿੱਠਾਪੁਰ ਤੋਂ ਹੀ ਹੈਗੇ। ਤਾਂ ਮਿੱਠਾਪੁਰ ਦੇ ਵਿੱਚ ਹੀ ਤੁਸੀਂ ਖੇਡਦੇ ਹੋ? ਹਾਂਜੀ। ਹੋਰ ਵੀ ਬੱਚੇ ਨੇ ਉਹਨਾਂ ਦੇ ਨਾਲ? ਭਾਈ ਜੀ ਕਿਹੋ ਜਿਹਾ ਲੱਗ ਰਿਹਾ ਹੈ ਤੁਹਾਡੇ ਹੀ ਪਿੰਡ? ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਮਿੱਠਾਪੁਰ ਦੇ ਮਤਲਬ ਜਿਹੜੇ ਸੀਨੀਅਰ ਖਿਡਾਰੀ ਅੱਜ ਜਿੱਤ ਕੇ ਆਏ ਆ, ਸਾਡੇ ਮਿੱਠਾਪੁਰ ਦਾ ਪੂਰਾ ਨਾਂ ਰੋਸ਼ਨ ਹੋਇਆ। ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਵੀ ਆਪਣੇ ਪਿੰਡ ਦਾ ਨਾਂ ਰੋਸ਼ਨ ਕਰੀਏ, ਇਸ ਲਈ ਅਸੀਂ ਵੀ ਇਹਨਾਂ ਨੂੰ ਦੇਖ ਕੇ ਹਾਕੀ ਸ਼ੁਰੂ ਕੀਤੀ ਹੈ। ਹਾਂਜੀ ਬਸ ਹੁਣ ਬਹੁਤ ਵਧੀਆ ਲੱਗ ਰਿਹਾ, ਅਸੀਂ ਇਹਨਾਂ ਦੇ ਰਿਸਪੈਕਟ 'ਤੇ ਮਤਲਬ ਮਾਣ ਲਈ ਖੜੇ ਹਾਂ ਇੱਥੇ ਅਤੇ ਅਸੀਂ ਇਹਨਾਂ ਦੀ ਸਵਾਗਤ ਕਰ ਰਹੇ ਹੁਣ ਅਤੇ ਬਸ ਬਾਕੀ ਆ ਰਹੇ ਹਾਂ ਅਤੇ ਅਸੀਂ ਇਹਨਾਂ ਦਾ ਸਵਾਗਤ ਕਰ ਰਹੇ ਹਾਂ। ਇਹ ਛੋਟੇ ਛੋਟੇ ਬੱਚੇ ਨੇ ਜਿਹਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਪ੍ਰੋਪਰ, ਤਾਂ ਇਹ ਤਸਵੀਰ ਦੇਖੋ ਜਿੱਥੇ ਪ੍ਰੋਪਰ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਭਰਵਾਂ ਸਵਾਗਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਮਨਪ੍ਰੀਤ ਹੋਰਾਂ ਦੇ ਘਰਦਿਆਂ ਦਾ। ਤਾਂ ਇਹ ਪ੍ਰੋਪਰ ਤਸਵੀਰ ਤੁਹਾਨੂੰ
ਵੀ ਹੁੰਦਾ ਜਿਹੜਾ ਹੈ ਉਹ ਢੋਲ ਬਾਜਿਆਂ ਦੇ ਨਾਲ ਸਵਾਗਤ ਕਰਦੇ।